अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा के नरवाना रोड पर सुबह करीब 4 बजे एक ट्रक ड्राइवर को गोली मारकर कत्ल का मामला सामने आया है। फिलहाल पुलिस की ओर से एक अज्ञात व्यक्ति के खिलाफ मामला दर्ज कर लिया गया है और आगे की जांच शुरू कर दी गई। ਪਾਜੀ ਕੀ ਨਾਮ ਤੁਹਾਡਾ ਤੇ ਕਿਵੇਂ ਹਾਦਸਾ ਹੋਇਆ, ਤੁਸੀਂ ਕੀ ਕਰ ਰਹੇ ਸੀ ਉਦੋਂ ਹੋਇਆ? ਰਮਿੰਦਰ ਸਿੰਘ ਨਾਂ ਜੀ ਮੇਰਾ, ਬਰਮਾਲਾ ਪਿੰਡ ਸਹਿਰਾ। ਹਾਂ, ਅਸੀਂ ਨਾਸਕ ਤੋਂ ਪਿਆਜ਼ ਲੈ ਕੇ ਆ ਰਹੇ ਸੀਗੇ ਪਿੱਪਲੇ ਗਾਉਂ ਤੋਂ, ਅਤੇ ਮੈਂ ਸੌਂ ਗਿਆ ਪਿੱਛੇ, ਪਹਿਲਾਂ ਮੈਂ ਗੱਡੀ ਚਲਾਉਂਦਾ, ਫਿਰ ਉਹਨੇ ਉਹਨੂੰ ਫੜਤੀ, ਜਿਹਨੇ ਮੈਂ ਚਲਾਉਂਦਾ ਰਾਤ ਨੂੰ ਉਹ ਚਲਾਉਂਦਾ ਜੀ, ਉਹਨੂੰ ਗੱਡੀ ਫੜਾ ਕੇ ਮੈਂ ਪੈ ਗਿਆ, ਮੈਂ ਤਾਂ ਸੌਂ ਗਿਆ। ਮੈਨੂੰ ਤਾਂ ਇੱਥੇ ਆਏ ਤਾਂ ਹੀ ਪਤਾ ਲੱਗਿਆ ਜੀ ਇਹਦਾ, ਇੱਥੇ ਜਦੋਂ ਮੂਹਰੇ ਗੱਡੀ ਲੱਗੀ ਆ, ਕਹਿੰਦਾ ਬਸ ਇਹਨੇ ਇੱਕ ਗੱਲ ਕਹੀ ਆ ਮਾੜੀ, ਕਹਿੰਦਾ ਬਾਈ ਕੋਈ ਗੱਡੀ ਲੁੱਟਣ ਵਾਲਿਆਂ ਨੇ ਗੱਡੀ ਮੂਹਰੇ ਲਾ ਦਿੱਤੀ। ਉੱਠੀ ਬਾਈ ਮੈਂ ਜਦੋਂ ਉੱਠਿਆ, ਉਦੋਂ ਤਾਂ ਇਹਦੇ ਮਾਰਤੇ ਸੀ ਉਹਨਾਂ ਨੇ, ਜਦੋਂ ਉੱਠਿਆ ਉੱਥੇ ਹੀ ਡਿੱਗ ਪਿਆ। ਹੁਣ ਮੈਂ ਕਿਹੜੀ ਗੱਡੀ ਕਰਦਾ, ਮੈਂ ਇਹਨੂੰ ਚੱਕ ਕੇ ਇਹਨੂੰ ਟੇਡਾ ਪਾ ਕੇ ਲੰਮਾ ਖਿੱਚ ਕੇ ਉਦੋਂ ਸਟੇਅਰਿੰਗ ਤੋਂ ਲੰਮਾ ਪਾ ਕੇ ਮੈਂ ਇੱਧਰ 100 ਨੰਬਰ 'ਤੇ ਫੋਨ ਕਰਤਾ, ਲੈਕਸ 108 'ਤੇ ਕਰਤਾ, ਮੈਂ ਹੌਲੀ ਹੌਲੀ ਗੱਡੀ ਇੱਧਰ ਦੀ ਹਸਪਤਾਲ ਲਿਆ। ਅੱਛਾ, ਹਾਂਜੀ, ਅਤੇ ਫਿਰ ਹੋਸਪਿਟਲ ਲੈ ਕੇ ਆਏ ਉਹਨੂੰ? ਹਾਂਜੀ, ਅਤੇ ਇੱਥੇ ਆ ਕੇ ਡੈਥ ਹੋ ਗਈ ਉਹਦੀ? ਹਾਂਜੀ ਹਾਂ, ਇੱਥੇ ਬਸ ਥੋੜ੍ਹੇ ਟਾਈਮ ਬਾਅਦ ਹੋ ਗਈ। ਅੱਛਾ, ਉਹ ਸਾਨੂੰ ਐਂਬੂਲੈਂਸ ਪਿੱਛੇ ਮਿਲ ਗਈ ਜੀ, ਉਹ ਲੈ ਕੇ ਆਈ ਵਿੱਚ। ਅੱਛਾ, ਗੱਡੀ 'ਚ ਕੀ ਲੋਡ ਸੀ, ਕੀ ਚੀਜ਼ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੀ ਉਹ? ਪਿਆਜ਼ ਸੀਗਾ ਜੀ, ਪਿਆਜ਼। ਅੱਛਾ, ਪਿਆਜ਼ ਦੀ ਭਰੀ, ਪਿਆਜ਼ ਦੀ ਭਰੀ ਹੋਈ ਸੀ। ਹਾਂਜੀ, ਕੋਈ ਸ਼ੱਕ ਹੋਣ ਤਾਂ ਕੋਈ ਪਤਾ ਲੱਗਿਆ ਤੁਹਾਨੂੂੰ ਕਿਤੇ ਸ਼ੱਕ ਸ਼ੁੱਕ ਹੋਵੇ? ਨਾ ਨਾ, ਕਿਸੇ ਦੇ ਨਹੀਂ। ਕੋਈ ਪਿੱਛਾ ਪੁੱਛਾ ਕਰਦਾ ਰਿਹਾ ਬੰਦਾ ਪਿੱਛੇ ਤੋਂ? ਨਾ ਨਾ, ਕੋਈ ਨਹੀਂ, ਮੈਂ ਤਾਂ ਸੁੱਤਾ ਪਿਆ ਸੀਗਾ ਜੀ। ਅੱਛਾ, ਬੰਦੇ ਨੂੰ ਉਹਨੂੰ ਵੀ ਪਤਾ ਹੋਊਗਾ ਵੀ ਕੀ ਗੱਲ ਹੋਈ ਹੈ, ਵੀ ਪਿੱਛਾ ਕਰਦੇ ਕੋਈ ਨਾ ਕਰਦਾ ਜੀ। ਮੈਂ ਸੁੱਤਾ ਪਿਆ ਸੀ, ਮੈਂ ਉੱਠਿਆ ਹੋ ਸੁੱਤਾ ਪਿਆ। ਠੀਕ ਹੈ। ਸਾਡੇ ਕੋਲ ਹੁਣੀ ਇਨਫੋਰਮੇਸ਼ਨ ਮਿਲੀ ਆ, ਕੋਈ ਰਾਤ ਨੂੰ ਟਰੱਕ ਵਾਲੇ ਆਏ ਸੀਗੇ, ਲੋਡ ਟਰੱਕ ਸੀਗਾ ਡੱਬ ਵਾਲੀ ਸਾਈਡ ਤੋਂ, ਜਿਹਨੇ ਫੂਲ ਜਾਣਾ ਸੀਗਾ ਵਾਇਆ ਇਹ ਪੁਲ ਹੋ ਕੇ। 3 ਵਜੇ ਟਾਈਮ ਦੱਸਦੇ ਆ ਕੋਈ ਬੰਦੇ ਅਣਪਛਾਤੇ ਤੇ ਆਏ ਆ, ਗੱਡੀ ਇਹਨਾਂ ਦੇ ਮੂਹਰੇ ਲਾਈ ਆ ਟਰੱਕ ਕੋਈ ਖਾਲੀ, ਅਤੇ ਇਹਦੇ ਸੱਟ ਫੇਟ ਮਾਰੀ ਆ। ਬਾਕੀ ਤਫਤੀਸ਼ ਕਰ ਰਹੇ ਹਾਂ ਗਾਹ ਕੀ ਗੱਲ ਆ ਰਹੀ ਹੈ, ਕੀ ਸਾਹਮਣੇ ਕੋਈ ਮੌਤ ਵੀ ਹੋਈ ਹੈ ਜੀ? ਹਾਂ, ਦੱਸ ਰਹੇ ਨੇ ਕਿ ਕਹਿੰਦੇ ਵੀ ਜਦੋਂ ਇਹ ਉਦੋਂ ਬਾਅਦ ਇਹਦੀ ਡੈਥ ਹੋ ਗਈ, ਹਸਪਤਾਲ ਲੈ ਕੇ ਗਏ। ਮ੍ਰਿਤਕ ਦਾ ਕੀ ਨਾਮ ਹੈ? ਬਨਵਾਰੀ ਲਾਲ ਮਤਲਬ। ਉਹ ਇਹਨਾਂ ਦਾ ਪਿਆਜ਼ ਲੈ ਕੇ ਆ ਰਹੇ ਸੀਗੇ। कैमरामैन कपिल शर्मा और कुलविंदर के साथ अनिल कुमार की रिपोर्ट। अगर आपने हमारे चैनल को सब्सक्राइब नहीं किया है तो इसे सब्सक्राइब कर लें।